ਵੱਖ-ਵੱਖ ਹੋਣਗੇ ਖਾਣ ਵਾਲੀ ਅਤੇ ਨਾ ਖਾਣ ਵਾਲੀ ਬਰਫ਼ ਦੇ ਰੰਗ। ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਦੇ ਹੁਕਮਾਂ ਦੇ ਤਹਿਤ ਬਰਨਾਲਾ ਵਿਖੇ ਖਾਣ ਵਾਲੀ ਅਤੇ ਨਾ ਖਾਣ ਵਾਲੀ ਬਰਫ਼ ਦੇ ਰੰਗ ਵੱਖ-ਵੱਖ ਹੋਣਗੇ। ਇਸ ਸੰਬੰਧੀ ਸਿਹਤ ਵਿਭਾਗ ਦੇ ਅਧਿਕਾਰੀ ਡਾਕਟਰ ਰਾਜ ਕੁਮਾਰ ਦਾ ਕਹਿਣਾ ਹੈ ਕਿ ਨਾ ਖਾਣ ਵਾਲੀ ਬਰਫ਼ ਦਾ ਰੰਗ ਹੁਣ ਨੀਲਾ ਹੋਵੇਗਾ, ਜਦਕਿ ਖਾਣ ਵਾਲੀ ਬਰਫ਼ ਦਾ ਰੰਗ ਪਹਿਲਾਂ ਵਾਂਗ ਹੀ ਚਿੱਟਾ ਹੋਵੇਗਾ, ਜਿਸ ਨੂੰ ਲੈ ਕੇ ਸਾਰੀਆਂ ਆਈਸ ਫੈਕਟਰੀਆਂ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਹ ਦੇਸ਼ ਸਾਨੂੰ ਜਿਹੜਾ ਪ੍ਰਾਪਤ ਹੋਇਆ ਹੈ, ਇਹ ਫੂਡ ਸੇਫਟੀ ਕਮਿਸ਼ਨਰ ਸਾਹਿਬ ਵੱਲੋਂ ਸਾਨੂੰ ਆਇਆ ਹੈ। ਉਹਨਾਂ ਦੇ ਆਦੇਸ਼ਾਂ ਦੇ ਮੁਤਾਬਕ ਜਿਹੜਾ ਇੱਕੋ ਹੀ ਰੰਗ ਦੀ ਬਰਫ਼ ਵਿਕਦੀ ਸੀ, ਅਸੀਂ ਹੁਣ ਦੋ ਤਰ੍ਹਾਂ ਦੇ ਉਹ ਰੰਗਾਂ 'ਚ ਆਏਗੀ। ਇੱਕ ਹੋਏਗਾ ਬਲੂ ਰੰਗ ਅਤੇ ਇੱਕ ਹੋਏਗਾ ਚਿੱਟੀ ਰੰਗ। ਜਿਹੜਾ ਬਲੂ ਰੰਗ ਹੋਏਗਾ ਉਹ ਜਿਹੜੀ ਬਰਫ਼ ਹੈ, ਅਸੀਂ ਆਪਾਂ ਉਹਨੂੰ ਸਟੋਰੇਜ ਲਈ, ਪ੍ਰਜ਼ਰਵੇਸ਼ਨ ਲਈ ਜਾਂ ਕਿਸੇ ਟਰਾਂਸਪੋਰਟੇਸ਼ਨ ਲਈ ਜਾਂ ਚੀਜ਼ ਨੂੰ ਕਿਸੇ ਲਿਜਾਣ ਲਈ ਉਹ ਅਸੀਂ ਯੂਜ਼ ਕਰਾਂਗੇ। ਜਿਹੜੀ ਚੀਜ਼ ਖਾਣ ਵਾਲੀ ਹੈ, ਬਰਫ਼ ਖਾਣ ਵਾਲੀ ਹੈ, ਉਸ ਨੂੰ ਅਸੀਂ ਚਿੱਟੇ ਰੰਗ ਵਿੱਚ ਰੱਖਾਂਗੇ। ਇਹ ਲੋੜ ਇਸ ਕਰਕੇ ਪਈ ਕਿ ਜਿਹੜੇ ਇੱਕੋ ਹੀ ਬਰਫ਼, ਕਿਉਂਕਿ ਇੱਕੋ ਰੰਗ ਦੀ ਹੁੰਦੀ ਸੀ ਉਹ, ਅਸੀਂ ਬਰਫ਼ ਕਦੀ ਅਸੀਂ ਮੋਰਚਰੀ ਦੇ ਕੰਮਾਂ ਲਈ ਯੂਜ਼ ਕਰਦੇ ਸੀ, ਜਦੋਂ ਅਸੀਂ ਕਿਸੇ ਡੈੱਡ ਬੋਡੀ ਨੂੰ ਪ੍ਰਜ਼ਰਵ ਕਰਨਾ ਹੁੰਦਾ ਸੀ, ਕਿਸੇ ਬਰਫ਼ ਦੇ ਗੋਲੇ ਜਿਹੜੀਆਂ ਕੁਲਫੀਆਂ ਬਣਦੀਆਂ ਸੀ ਉਹ ਪ੍ਰਜ਼ਰਵੇਸ਼ਨ ਲਈ ਅਸੀਂ ਯੂਜ਼ ਕਰਦੇ ਸੀ। ਜਦੋਂ ਉਹ ਬੰਦੇ ਦਾ ਕੰਮ ਪੂਰਾ ਹੋ ਜਾਂਦਾ ਸੀ, ਉਹੀ ਉਹ ਬਰਫ਼ ਆਪਣੇ ਲੋਕ ਖਾਣ ਵਾਲੇ ਚੀਜ਼ਾਂ ਲਈ ਕਮਰਸ਼ੀਅਲ ਯੂਜ਼ ਕਰ ਲੈਂਦੇ ਸੀ। ਹੁਣ ਕੀ ਹੋਇਆ, ਮਹਾਰਾਸ਼ਟਰ ਸਰਕਾਰ ਨੇ ਕੀ ਕੀਤਾ, ਉਹਨਾਂ ਨੇ ਪਾਇਆ ਕਿ ਇਹ ਜਿਹੜੀ ਬਰਫ਼ ਇੱਕੋ ਰੰਗ ਦੀ ਯੂਜ਼ ਕਰਨ ਨਾਲ 70% ਲੋਕਾਂ ਨੂੰ ਉਹ ਕੰਟੈਮੀਨੇਟਿਡ ਕਿ ਇਨਫੈਕਸ਼ਨ ਵਾਲੀ ਬਰਫ਼ ਖਵਾਈ ਜਾਂਦੀ ਸੀ। ਮਹਾਰਾਸ਼ਟਰ ਸਰਕਾਰ ਨੇ ਪਹਿਲਾਂ ਇੱਕ ਉਪਰਾਲਾ ਕੀਤਾ, ਉਹਨਾਂ ਨੇ ਇਹ ਲਾਗੂ ਕੀਤੀ। ਉਸ ਤੋਂ ਬਾਅਦ ਸਾਡੇ ਜਿਹੜੇ ਕਮਿਸ਼ਨਰ ਫੂਡ ਸੇਫਟੀ ਐਕਟ ਦੇ ਇੰਚਾਰਜ ਹਨ, ਉਹਨਾਂ ਨੇ ਇਹ ਸਾਨੂੰ ਚਿੱਠੀ ਕੱਢ ਕੇ ਇਸ ਨੂੰ ਲਾਗੂ ਕਰਨ ਲਈ ਹਰ ਇੰਡੀਆ 'ਚ, ਸਾਰੀਆਂ ਸਟੇਟਾਂ 'ਚ, ਯੂਨੀਅਨ ਟੈਰੀਟਰਾਂ 'ਚ ਲਾਗੂ ਕਰਨ ਲਈ ਕਿਹਾ ਹੈ। ਸਾਡੇ ਬਰਨਾਲੇ ਵਿੱਚ 8 ਦੇ ਕਰੀਬ ਆਈਸ ਫੈਕਟਰੀਆਂ ਹਨ, ਅਸੀਂ ਉਹਨਾਂ ਨੂੰ ਇੰਸਪੈਕਸ਼ਨ ਕੀਤੀ ਹੈ, ਉਹਨਾਂ ਦਾ ਜੋ ਹਦਾਇਤਾਂ ਉਹਨਾਂ ਨੂੰ ਦੇਣੀਆਂ ਸੀ ਦਿੱਤੀਆਂ ਗਈਆਂ ਹਨ। ਉਹਨਾਂ ਨੂੰ ਕਿਹਾ ਕਿ ਪਾਣੀ ਦੀ ਜੋ ਟੈਸਟਿੰਗ ਹੈ, ਮਾਈਕਰੋਬਾਇਓਲੋਜੀ, ਕਿ ਉਹਦੇ 'ਚ ਕੀਟਾਣੂ ਨਹੀਂ ਹੈ ਜਾਂ ਕਿੱਦਾਂ, ਉਹ ਅਸੀਂ ਉਹਨਾਂ ਨੂੰ ਕਰਵਾਉਣ ਲਈ ਪਾਣੀ ਦਾ ਸੈਂਪਲ ਅਸੀਂ ਭਰ ਕੇ ਦੇਵਾਂਗੇ ਅਤੇ ਉਹ ਪੂਰਾ ਅਸੀਂ ਜਿਹੜੀ ਲੈਬੋਰਟਰੀ ਹੈ ਉੱਥੋਂ ਟੈਸਟ ਕਰਵਾ ਕੇ ਜੋ ਪਾਣੀ ਪੀਣ ਯੋਗ ਹੋਏਗਾ ਉਹ ਆਪਣੇ ਤਦ ਹੀ ਉਹ ਬਰਫ਼ ਆਪਣੇ ਬਣਾ ਸਕਣਗੇ, ਨਹੀਂ ਤਾਂ ਉਹਨੂੰ ਅਸੀਂ ਲਾਇਸੈਂਸਿੰਗ ਲਈ ਨਾ ਕਰ ਸਕਾਂਗੇ। ਉੱਧਰ ਲੋਕਾਂ ਨੇ ਖਾਣ ਵਾਲੀ ਅਤੇ ਨਾ ਖਾਣ ਵਾਲੀ ਬਰਫ਼ ਦਾ ਰੰਗ ਵੱਖ-ਵੱਖ ਕਰਨ ਦਾ ਸਵਾਗਤ ਕੀਤਾ ਹੈ। ਸਰਕਾਰ ਦਾ ਵਧੀਆ ਫੈਸਲਾ ਜੀ, ਬਰਫ਼ ਜਿਹੜਾ ਇਹਨਾਂ ਨੇ ਕਰਿਆ, ਮਤਲਬ ਕਿ ਇਨਫੈਕਸ਼ਨ ਵਾਲੀ ਬਰਫ਼ ਹੀ ਲੋਕ ਖਾਈ ਜਾਂਦੇ ਸੀ, ਉਹਦੇ ਵਿੱਚ ਪਤਾ ਹੀ ਨਹੀਂ ਸੀ ਲੱਗਦਾ ਲੋਕਾਂ ਨੂੰ ਕੁਛ। ਇਹ ਮਤਲਬ ਵਧੀਆ ਹੋ ਗਿਆ ਜਿਹੜਾ ਇਹਨਾਂ ਨੇ ਉਹ ਕਰਿਆ, ਬਦਲਿਆ, ਤਾਂ ਇਹਦਾ ਥੋੜ੍ਹਾ ਰੰਗ ਚੇਂਜ ਹੋ ਜੂਗਾ, ਪਰ ਇਹਨੂੰ ਪ੍ਰੋਪਰ ਤਰੀਕੇ ਨਾਲ ਲਾਗੂ ਕਰਨ ਦੀ ਜ਼ਰੂਰਤ ਹੈ। ਬਹੁਤ ਵਧੀਆ ਗੱਲ ਹੈ ਜੀ, ਦੋ ਰੰਗ ਦੀ ਬਰਫ਼ ਲਾਉਣੀ ਚਾਹੀਦੀ ਹੈ, ਕਿਉਂਕਿ ਇੱਕ ਤਾਂ ਲੋਕਾਂ ਨੂੰ ਪਤਾ ਲੱਗ ਜੂ ਨੀਲੇ ਰੰਗ ਦੀ ਅਲੱਗ ਆ, ਵਾਈਟ ਕਲਰ ਦੀ ਅਲੱਗ ਆ, ਕਿਉਂਕਿ ਜੇ ਉਹ ਡੈੱਡ ਬੋਡੀ ਤੋਂ ਸੈੱਟ ਵੀ ਦਿੰਦੇ ਸੀ ਬਰਫ਼, ਤਾਂ ਕਈ ਲੋਕ ਉਹਨੂੰ ਯੂਜ ਕਰ ਲੈਂਦੇ ਸੀਗੇ, ਜਿਵੇਂ ਆਹ ਕੁਲਫੀਆਂ ਵਾਲੇ ਹੋ ਗਏ, ਉਹ ਰੰਗ ਜਿਹਾ ਲਾ ਕੇ ਵੇਚਤੇ, ਇੱਕ ਤਾਂ ਕਹਿੰਦੇ ਬੱਚੇ ਹੀ ਬਿਮਾਰ ਹੋਏ ਨੇ ਉਹਦੇ ਕਾਰਨ, ਤਾਂ ਇਹ ਬਹੁਤ ਵਧੀਆ ਗੱਲ ਆ। ਪਰ ਜੇ ਰੂਲ ਇਹ ਲਾਗੂ ਹੁੰਦਾ ਤਾਂ, ਪਰ ਕਈ ਗੱਲਾਂ ਇਹ ਹੁੰਦੀਆਂ ਨੇ, ਸਰਕਾਰ ਕਹਿ ਦਿੰਦੀ ਹੈ ਪਰ ਉਹ ਫੈਕਟਰੀ ਵਾਲੀ ਨਹੀਂ ਮੰਨਦੇ, ਜਾਂ ਜਿਵੇਂ ਵੀ ਉਹ ਕੰਮ ਪੂਰਾ ਸਿਰੇ ਨਹੀਂ ਚੜ੍ਹ ਸਕਦਾ। ਇਹ ਫੈਸਲਾ ਤਾਂ ਸ਼ਲਾਘਾ ਜਾਊਗਾ, ਪਰ ਇਹਦੀ ਵਰਤੋਂ ਕਿੰਨੀ ਕੁ ਹੁੰਦੀ ਹੈ, ਕਿੱਥੇ ਕਿੰਨੀ ਕੁ ਹੁੰਦੀ ਹੈ, ਸਰਕਾਰ ਨੂੰ ਉਹ ਚੀਜ਼ ਨੂੰ ਵੀ ਧਿਆਨ 'ਚ ਰੱਖਣਾ ਚਾਹੀਦਾ। ਅਸੀਂ ਬਰਫ਼ ਬਣਾਉਂਦੇ ਵੀ ਹਾਂ, ਸਰਕਾਰ ਦੇ ਮੁਤਾਬਕ ਚੱਲਦੇ ਹਾਂ, ਬਰਫ਼ ਬਣਾ ਕੇ ਰੱਖਦੇ ਹਾਂ, ਸਰ ਸਾਡੀ ਬਰਫ਼ ਜ਼ਿਆਦਾਤਰ ਉਹ ਵੇਸਟੇਜ ਹੀ ਜਾਊਗੀ। ਚਲੋ ਇਸ ਚੀਜ਼ ਨੂੰ ਮੰਨਦੇ ਹਾਂ ਵੀ ਚਲੋ ਬਹੁਤ ਵਧੀਆ ਫੈਸਲਾ, ਪਰ ਸਰਕਾਰ ਨੂੰ ਇੱਕ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਵੀ ਕਿਉਂ ਇਹ ਚੀਜ਼ ਦੇਖੇ ਵੀ ਇਹਦੀ ਵਰਤੋਂ ਸਭ ਤੋਂ ਵੱਧ ਪੈਂਦੀ ਕਿੱਥੇ ਆ, ਇੱਧਰ ਇਹਦੀ ਕੋਈ ਇੰਨੀ ਵਰਤੋਂ ਹੈ ਨਹੀਂ। ਮੇਨ ਵੀ ਠੀਕ ਹੈ, ਪਰ ਇਹ ਚੀਜ਼ ਨੂੰ ਸਾਡਾ ਉਹ 'ਚ ਨੁਕਸਾਨ ਆ, ਅਸੀਂ ਕੁਆਂਟਲ ਬਰਫ਼ ਵੀ ਬਣਾਉਂਦੇ ਹਾਂ ਤਾਂ ਸਾਡੀ ਉਹ 3-4 ਦਿਨ ਦੇ ਵਿੱਚ ਲਾਗਤ ਹੈ ਨਹੀਂ ਉਹਦੀ ਇੰਨੀ, ਅਤੇ ਉਹ ਸਾਡੀ ਖਰਾਬ ਆ। ਸਾਡਾ ਵੀ ਥੋੜ੍ਹਾ ਇਸ ਚੀਜ਼ ਨੂੰ ਵੀ ਧਿਆਨ ਰੱਖਿਆ ਜਾਵੇ ਵੀ ਸਾਡਾ ਵੀ ਇਹ 'ਚ ਨੁਕਸਾਨ ਆ ਜਿਹੜਾ ਹੈ।